ਇੱਕ ਲੱਖ ਏਕੜ ਦੇ ਲਾਗੇ ਜਿਹੜੀ ਆ ਪੰਚਾਇਤੀ ਰਾਜ ਦੀ ਜ਼ਮੀਨ ਲੋਕਾਂ ਨੇ ਮੱਲੀ, ਸ਼ਹਿਰਾਂ ਦੇ ਲਾਗੇ ਜਿਹੜੇ ਪਿੰਡ ਸੀਗੇ ਉਹਨਾਂ ਦੀ ਪੰਚਾਇਤੀ ਜ਼ਮੀਨ ਦੱਬੀ ਜਿਹੜੀ ਅਦਬਾਸ ਵੀ ਕਹਿੰਦੀ। ਕਈ ਲੋਕ ਹੈਗੇ ਸਾਡੇ ਕਈ ਬੰਦੇ ਪਿੰਡਾਂ 'ਚ ਜਿਹਨਾਂ ਨੇ ਕਿਸੇ ਨੇ ਪੰਚਾਇਤ ਦੇ 2 ਕਿੱਲੇ ਦੱਬੇ ਆ, 3 ਕਿੱਲੇ ਦੱਬੇ ਆ, ਬਾਦਲ ਆ, ਮਨਿੰਦਰ ਆ, ਅਸੀਂ ਆ, ਮਾਨ ਸਾਹਿਬ ਆ। ਯਾਦ ਰੱਖੋ ਸਰ, ਪੰਜਾਬ ਸਭ ਤੋਂ ਵੱਡਾ, ਉਹ ਜਿਹੜੀਆਂ ਮਹਿੰਗੀਆਂ ਜ਼ਮੀਨਾਂ ਜਿੱਦਾਂ ਮੁਹਾਲੀ ਦੇ ਆਲੇ ਦੁਆਲੇ, ਇਹ ਤਾਂ ਸਾਰੀ ਪੋਲੀਟੀਕਲ ਬੰਦਿਆਂ ਨੇ ਅਤੇ ਪੁਰਾਣੇ ਅਫਸਰਾਂ ਨੇ ਦੱਬੀਆਂ। ਕਾਨੂੰਨ ਦਾ ਥੋੜ੍ਹਾ ਵੇਖਣਾ ਕਿ ਬੰਦਾ ਐਸ ਐਸ ਪੀ ਰਿਟਾਇਰ ਹੋਇਆ ਸੀ, ਡੀ ਆਈ ਜੀ ਰਿਟਾਇਰ ਹੋਇਆ ਸੀ, ਇਹ ਬੰਦਾ ਐਮ ਐਲ ਏ ਦਾ, ਮੰਤਰੀ ਦਾ। ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਉੱਤੇ ਕਾਫੀ ਸਮੇਂ ਤੋਂ ਜਿਹੜਾ ਕਬਜ਼ੇ ਨੂੰ ਲੈ ਕੇ ਅਲੱਗ ਅਲੱਗ ਸਰਕਾਰਾਂ 'ਚ ਰੌਲਾ ਪੈਂਦਾ ਰਿਹਾ ਹੈ, ਸਬ ਕਮੇਟੀਆਂ ਬਣੀਆਂ, ਅਦਾਲਤ ਵੱਲੋਂ ਵੀ ਕਿਹਾ ਗਿਆ ਕਿ ਬਹੁਤ ਸਾਰੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਏ ਨੇ, ਪਰ ਪੰਜਾਬ ਦੇ ਵਿੱਚ ਹੁਣ ਕਿਉਂਕਿ ਸੱਤਾ ਬਦਲੀ ਆ ਔਰ ਕਾਫੀ ਜ਼ਮੀਨਾਂ 'ਤੇ ਕਬਜ਼ੇ ਹਟਾਏ ਜਾ ਰਹੇ ਨੇ, ਕਿੰਨੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਨੇ ਪੂਰੇ ਪੰਜਾਬ ਦੇ ਵਿੱਚ, ਸਰਕਾਰ ਨੂੰ ਖਜ਼ਾਨੇ 'ਚ ਕਿੰਨਾ ਲੌਸ ਸੀਗਾ, ਅਤੇ ਪੰਚਾਇਤੀ ਜ਼ਮੀਨਾਂ ਜਿਹੜੀ ਪੰਜਾਬ ਦਾ ਦਲਿਤ ਭਾਈਚਾਰਾ ਹੈ ਉਹਨਾਂ ਨੂੰ ਉਸ ਹਿੱਸੇ ਨੂੰ ਲੈ ਕੇ ਵੀ ਰੌਲਾ ਉੱਠਦੇ ਰਹੇ। ਮੇਰੇ ਨਾਲ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਹੜੀਆਂ ਤੁਹਾਡੀ ਮੁਹਿੰਮ ਚੱਲ ਰਹੀ ਹੈ ਕਿ ਕਬਜ਼ੇ ਛਡਾਉਣ ਦੀ, ਕਿੰਨੀਆਂ ਪੰਜਾਬ ਦੇ ਵਿੱਚ ਜ਼ਮੀਨਾਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਗੈਰ ਕਾਨੂੰਨੀ ਤੌਰ 'ਤੇ? ਇਹ ਜਿਹੜਾ ਨਾ ਜ਼ਮੀਨਾਂ ਵਾਲਾ ਮਸਲਾ ਹੈ, ਸਾਡੇ ਕੋਲ ਜਿਹੜੇ ਅੰਕੜੇ ਆ ਉਹ 2010 ਦੇ ਆ, ਮੁੜ ਕੇ ਇਹਨਾਂ ਨੇ ਡਿਪਾਰਟਮੈਂਟ ਦੇ ਅੰਕੜੇ ਨਹੀਂ ਇਕੱਠੇ ਕੀਤੇ। ਸਾਡੇ ਅੰਕੜੇ ਕਹਿੰਦੇ 2010 ਵਾਲੇ ਕਿ ਕੋਈ 50,000 ਏਕੜ ਦੇ ਲਾਗੇ ਜ਼ਮੀਨ ਹੈ ਜਿੱਤੇ ਨਜਾਇਜ਼ ਕਬਜ਼ੇ। ਹੁਣ ਜਦੋਂ ਅਸੀਂ ਅੰਕੜੇ ਇਕੱਠੇ ਕਰਾਂਗੇ ਜਾਂ ਜਿੱਦਾਂ ਲੋਕਾਂ ਦੀਆਂ ਕੱਲਾਂ ਆ ਰਹੀਆਂ, ਮੈਨੂੰ ਲੱਗਦਾ ਕਿ 1,00,000 ਏਕੜ ਦੇ ਲਾਗੇ ਮਤਲਬ ਜਿਹੜੀ ਕਰੈਕਟ ਨਹੀਂ ਹੈ ਕਿਉਂਕਿ ਅੰਕੜੇ ਇਕੱਠੇ ਕਰਦੇ, 1,00,000 ਏਕੜ ਦੇ ਲਾਗੇ ਜਿਹੜੀ ਆ ਪੰਚਾਇਤੀ ਰਾਜ ਦੀ ਜ਼ਮੀਨ ਲੋਕਾਂ ਨੇ ਮੱਲੀ, ਇਹ ਤੋਂ ਇਲਾਵਾ 1,000 ਏਕੜ ਵਣ ਵਿਭਾਗ ਦੀ ਉਹ ਜ਼ਮੀਨ ਦੱਬੀ, ਇਹ ਤੋਂ ਇਲਾਵਾ ਸ਼ਹਿਰਾਂ ਦੇ ਵਿੱਚ ਸਾਡੀ ਜਿਹੜੀ ਲੋਕਲ ਗੌਰਮੈਂਟ ਹੈ ਉਹਦੀ ਜ਼ਮੀਨ ਦੱਬੀ, ਸ਼ਹਿਰਾਂ ਦੇ ਲਾਗੇ ਜਿਹੜੇ ਪਿੰਡ ਸੀਗੇ ਉਹਨਾਂ ਦੀ ਪੰਚਾਇਤੀ ਜ਼ਮੀਨ ਦੱਬੀ ਜਿਹੜੀ ਅਦਬਾਸ ਵੀ ਕਹਿੰਦੀ। ਇਸ ਕਰਕੇ ਬਹੁਤ ਵੱਡਾ ਖਾਤਾ, ਬਹੁਤ ਸੱਚ ਕਰਕੇ ਜਾਣਿਓ ਪੰਜਾਬ ਦੇ ਲੀਡਰਾਂ ਨੇ ਪੰਜਾਬ ਨਾਲ ਵਫਾ ਨਹੀਂ ਕੀਤੀ, ਆਪਣੇ ਹੱਥੀ ਪੰਜਾਬ ਡੋਬਤਾ ਇਹਨਾਂ ਨੇ। ਸਵਾਲ ਇਹ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਸਭ ਤੋਂ ਵੱਧ ਜਿਹੜੀਆਂ ਹੈਗੀਆਂ ਨੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ੇ ਇਹ ਖੋਏ ਹੋਏ ਨੇ? ਬਹੁਤ ਜ਼ਿਲ੍ਹੇ, ਪਟਿਆਲਾ, ਅੰਮ੍ਰਿਤਸਰ, ਬੜੇ ਜ਼ਿਲ੍ਹੇ 'ਚ ਹੈ ਜੀ ਸਰ, ਇੰਨੇ ਕੁ ਜਿਹੇ ਤੁਹਾਨੂੰ ਮੈਂ ਦੱਸ, ਹਰ ਜ਼ਿਲ੍ਹੇ 'ਚ ਹੀ ਹੈ ਜੀ, ਕਪੂਰਥਲਾ, ਕਪੂਰਥਲੇ ਬਹੁਤ ਜ਼ਿਆਦਾ। ਅਤੇ ਇੱਕ ਮੋਹਾਲੀ ਨੂੰ ਲੈ ਕੇ ਹਮੇਸ਼ਾ ਚਰਚਾ ਰਹਿੰਦੀ ਹੈ ਕਿਉਂਕਿ ਮੋਹਾਲੀ ਦੇ ਵਿੱਚ ਕਿ ਇੱਥੇ ਕਿਉਂਕਿ ਬਿਊਰੋਕਰੇਸੀ ਹੈ, ਰਾਜਨੀਤਿਕ ਆਗੂ ਹੈਗੀਆਂ ਨੇ, ਤੁਹਾਡੀਆਂ ਜਿਹੜੀ ਰਿਪੋਰਟਸ ਹੈਗੀਆਂ ਨੇ ਜੋ ਤੁਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਕਬਜ਼ੇ ਛਡਾਉਣ ਦੀ, ਇਹ ਕਿਸ ਰਿਪੋਰਟ ਦੇ ਆਧਾਰ 'ਤੇ ਤੁਸੀਂ ਇਹ ਕੰਮ ਕਰ ਰਹੇ ਹੈਗੇ ਹੋ? ਜਿਵੇਂ ਤੁਸੀਂ 2010 ਵਾਲੀ ਦਾ ਜ਼ਿਕਰ ਕੀਤਾ ਜਾਂ ਕੋਈ ਹੋਰ ਤੁਹਾਡੇ ਇੰਟਰਨਲ ਡਿਪਾਰਟਮੈਂਟ ਦੇ? ਕਿਸੇ ਰਿਪੋਰਟ ਦਾ ਨਹੀਂ, ਅਸੀਂ ਆਪਣੇ ਰਿਕਾਰਡ ਦੇ ਆਧਾਰ 'ਤੇ ਕੰਮ ਕਰਦੇ, ਸਾਡੇ ਕੋਲ ਰਿਕਾਰਡ ਹੈ ਪੰਚਾਇਤੀ ਰਾਜ ਦਾ, ਅਜੇ ਅਸੀਂ ਰਿਪੋਰਟਾਂ ਕੱਖ ਨਹੀਂ ਹਾਂ, ਜਸਟਿਸ ਕੁਲਦੀਪ ਸਿੰਘ ਵਾਲੀ ਰਿਪੋਰਟ ਵੇਖਾਂਗੇ। ਲੋਕਾਂ ਦੇ ਇਸ ਤੋਂ ਬਾਅਦ ਜੋ ਤੁਸੀਂ ਡਰਾਈਵ ਸ਼ੁਰੂ ਕੀਤੀ ਹੋਈ ਕਿ ਜਾ ਕੇ ਉੱਥੇ ਪੰਚਾਇਤ ਦੇ ਹਵਾਲੇ ਜਾਂ ਸਰਕਾਰ ਦੀ ਜ਼ਮੀਨ ਵਾਪਸ ਲਈ ਜਾਂਦੀ ਹੈ, ਕਿ ਬੜੀ ਅਨੋਖੀ ਗੱਲ ਹੋਈ ਹੈ ਕਿ ਆਪ ਹੀ ਜ਼ਮੀਨ ਦੇ ਗਏ? ਅਜੇ ਤਾਂ ਆਪਾਂ ਉੱਧਰ ਮੋਹਾਲੀ ਛਡਾਈ, ਇੱਕ ਅੰਮ੍ਰਿਤਸਰ 10 ਏਕੜ ਛਡਾਏ, ਇਹਨਾਂ ਬੰਦਿਆਂ ਦੀ ਕਾਲ ਆ ਗਈ, ਹੋਰ ਬਹੁਤ ਲੋਕਾਂ ਦੀਆਂ ਕਾਲਾਂ ਲੈਣਾ ਲੱਗੀਆਂ ਪਈਆਂ ਕਾਲਾਂ ਨੇ। ਜੇ ਕੋਈ ਇਸ ਤਰ੍ਹਾਂ ਦੀ ਕਾਲ ਤਾਂ ਨਹੀਂ ਆਉਂਦੀ ਕਿ ਵੀ ਪ੍ਰੈਸ਼ਰ ਆਵੇ ਕਿ ਨਾ ਤੁਸੀਂ ਸਾਡੇ 'ਤੇ ਜ਼ਮੀਨ 'ਤੇ ਨਾ ਉਹ ਕਰੋ? ਨਾ, ਕਈ ਲੋਕ ਹੈਗੇ ਸਾਡੇ ਕਈ ਬੰਦੇ ਪਿੰਡਾਂ 'ਚ ਜਿਹਨਾਂ ਨੇ ਕਿਸੇ ਪੰਚਾਇਤ ਦੇ 2 ਕਿੱਲੇ ਦੱਬੇ ਆ, 3 ਕਿੱਲੇ ਦੱਬੇ ਆ, ਬੰਦਾ ਸਾਡੀ ਪਾਰਟੀ ਦਾ, ਅਕਾਲੀ ਦਲ ਦਾ, ਕਾਂਗਰਸ ਦਾ, ਬਾਦਲ ਆ, ਮਨਿੰਦਰ ਆ, ਅਸੀਂ ਆ, ਮਾਨ ਸਾਹਿਬ ਆ। ਯਾਦ ਰੱਖੋ ਸਰ, ਪੰਜਾਬ ਸਭ ਤੋਂ ਵੱਡਾ। ਜਿਹੜੀ ਤੁਸੀਂ 31 ਮਈ ਤੱਕ ਦੀ ਇੱਕ ਸੀਮਾ ਤੈਅ ਕੀਤੀ ਹੈ ਉਹ ਕੀ ਹੈ? ਉਹ 'ਚ ਕਿੰਨੇ ਏਕੜ ਜ਼ਮੀਨ ਦਾ ਤੁਸੀਂ ਟਾਰਗੇਟ ਲੈ ਕੇ ਜਾ ਰਹੇ ਹੋ 31 ਮਈ ਤੱਕ ਤੁਸੀਂ? ਨਹੀਂ, ਉਹ ਤਾਂ ਉਹ ਸੀਮਾ ਨਹੀਂ ਤੈਅ ਕੀਤੀ, ਇਹ ਤਾਂ ਅਜੇ ਬਹੁਤ ਟਾਈਮ ਲੱਗੂਗਾ, ਟਾਈਮ ਬਾਊਂਡ ਨਹੀਂ ਹੈ। ਪਰ ਅਸੀਂ ਵੈਸੇ ਜਦੋਂ ਮੀਟਿੰਗ ਕੀਤੀ ਨਾ 25 ਤਰੀਕ ਨੂੰ, ਉਹਦੇ 'ਚ ਅਸੀਂ ਮਤਲਬ ਜਿਸ 'ਚ ਸਾਡੇ ਡੀਸੀ, GDPO ਸਭ ਲੋਕ ਸੀਗੇ, ਡਾਇਰੈਕਟਰ ਸਭ, ਉਹਦੇ 'ਚ ਅਸੀਂ ਅੰਦਾਜ਼ਾ ਕਰਦੇ ਸੀਗੇ ਵੀ ਜੇ ਅਸੀਂ ਸ਼ੁਰੂ ਕੀਤਾ ਤਾਂ ਇਹਦੇ ਮਤਲਬ ਐਂਡ ਤੱਕ 5,000 ਏਕੜ ਦੇ ਲਾਗੇ ਚੱਲ ਜਾਵਾਂਗੇ।
ਉਹ ਕਿਉਂ ਚਲ ਜਾਂਗੇ? ਕਿਉਂਕਿ ਸਾਡੇ ਕੋਲ ਜਿਹੜੇ ਕਬਜ਼ੇ ਦੇ ਦਾਖਲਾ ਵਾਰੰਟ ਨੇ, ਅਸੀਂ ਉਹਨਾਂ ਤੋਂ ਕੈਲਕੂਲੇਟ ਕੀਤਾ ਕਿ ਇੰਨੇ ਸਾਡੇ ਕੋਲ ਹੈਗੇ, ਇੰਨੇ ਅਸੀਂ ਦਾਖਲਾ ਵਾਰੰਟ ਲੈਣੇ, ਇੰਨੇ ਅਸੀਂ ਹਾਈਕੋਰਟ 'ਚ ਜਾਵਾਂਗੇ, ਇਹਨਾਂ ਕੇਸਾਂ ਲਈ ਸੁਪਰੀਮ ਕੋਰਟ ਜਾਵਾਂਗੇ। ਅਸੀਂ ਉਹਦੇ ਆਧਾਰ 'ਤੇ ਮਤਲਬ ਜਿਹੜਾ ਉਹ ਡਿਸਾਈਡ ਕੀਤਾ। ਉਹ ਕੋਈ ਫਿਕਸ ਨਹੀਂ ਹੈ, ਉਹ ਉੱਤੇ ਥੱਲੇ ਜਾ ਸਕਦਾ ਕੰਮ। ਕੁਲਦੀਪ ਜੀ, ਆਮ ਤੌਰ 'ਤੇ ਦੇਖਿਆ ਜਾਂਦਾ ਜੋ ਤੁਹਾਡੇ ਕੋਲ ਰਿਪੋਰਟਸ ਆ ਰਹੀਆਂ ਨੇ, ਇਹ ਆਮ ਲੋਕਾਂ ਨੇ ਨੱਪੀਆਂ ਹੋਈਆਂ ਜ਼ਮੀਨਾਂ ਜਾਂ ਰਾਜਨੀਤਿਕ ਆਗੂ ਹੈ ਜਾਂ ਅਫਸਰ ਸ਼ਾਹੀ? ਆਮ ਲੋਕਾਂ ਨੇ ਵੀ ਅਤੇ ਰਾਜਨੀਤਿਕ ਆਗੂਆਂ ਨੇ ਵੀ, ਉਹ ਜਿਹੜੀਆਂ ਮਹਿੰਗੀਆਂ ਜ਼ਮੀਨਾਂ ਜਿੱਦਾਂ ਮੁਹੱਲੀ ਦੇ ਆਲੇ ਦੁਆਲੇ, ਇਹ ਤਾਂ ਸਾਰੀ ਪੋਲੀਟੀਕਲ ਬੰਦਿਆਂ ਨੇ ਅਤੇ ਪੁਰਾਣੇ ਅਫਸਰਾਂ ਨੇ ਦੱਬੀਆਂ। ਇੱਥੇ ਤਾਂ ਆਮ ਬੰਦਾ ਵਿਚਾਰਾ ਦੱਬ ਹੀ ਨਹੀਂ ਸਕਦਾ, ਇਹ ਤਾਂ ਉਹ ਲੋਕ ਕਬਜ਼ਾ ਕਰਕੇ। ਜਿਹੜੇ ਅਫਸਰਾਂ ਦੀ ਤੁਸੀਂ ਗੱਲ ਕਰ ਰਹੇ, ਰਾਜਨੀਤਿਕ ਆਗੂਆਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਸੌਖੇ ਛੱਡ ਦੇਣਗੇ ਜ਼ਮੀਨ? ਕਿਉਂਕਿ ਉਹਨਾਂ ਤਾਂ ਕਾਨੂੰਨ ਦੀਆਂ ਘੁੰਡੀਆਂ ਪਤਾ ਹੈ, ਔਖਾ ਨਹੀਂ ਹੋਏਗਾ ਤੁਹਾਡੇ ਲਈ? ਸਰ, ਕਾਨੂੰਨ ਤੋਂ ਉੱਪਰ ਕੋਈ ਹੈਗਾ? ਕਾਨੂੰਨ ਤੋਂ ਉੱਪਰ ਜੇ ਕੋਈ ਹੈਗਾ ਦੱਸੋ। ਕਾਨੂੰਨ ਨੇ ਆਪਣਾ ਕੰਮ ਕਰ ਲੱਗਿਆ ਨਹੀਂ ਵੇਖਣਾ ਕਿ ਬੰਦਾ ਵੱਡਾ ਹੈ ਬੰਦਾ ਛੋਟਾ। ਕਾਨੂੰਨ ਨੇ ਥੋੜ੍ਹਾ ਵੇਖਣਾ ਕਿ ਬੰਦਾ ਐਸ ਐਸ ਪੀ ਰਿਟਾਇਰ ਹੋਇਆ ਸੀ, ਡੀ ਆਈ ਜੀ ਰਿਟਾਇਰ ਹੋਇਆ ਸੀ, ਇਹ ਬੰਦਾ ਐਮ ਐਲ ਏ ਦਾ, ਮੰਤਰੀ ਦਾ। ਕਾਨੂੰਨ ਇਹ ਚੀਜ਼ਾਂ ਨਹੀਂ ਬਿੰਦਾ ਜੀ। ਸਰ, ਇਹ ਜਿਹੜੀ ਕਾਰਵਾਈ ਆਉਣ ਵਾਲੇ ਦਿਨਾਂ 'ਚ ਇਸੇ ਤਰੀਕੇ ਨਾਲ ਜਾਰੀ ਰਹੇਗੀ? ਇਸੇ ਕਿੰਨੇ ਸਾਲਾਂ ਦੇ ਵਿੱਚ ਜਾਂ ਪਰ ਟਾਈਮ ਪੀਰੀਅਡ ਦੇਖਿਆ ਵੀ ਪੰਜਾਬ ਦੇ ਵਿੱਚ ਇੰਨੇ ਕਬਜ਼ੇ ਛੜਾ ਲਓ, ਜਿੰਨਾ ਦਾ ਕਰੋਗੇ? ਜਿੰਨਾ 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 ਰਿਸਪੌਂਸ ਆਇਆ, ਮੈਨੂੰ ਲੱਗਦਾ ਕਿ ਇਸ ਸਾਲ ਦੇ ਵਿੱਚ ਚੰਗੀ ਵੱਡੀ ਜੰਗ ਜਿੱਤ। ਇਹਨਾਂ ਜ਼ਮੀਨਾਂ ਦਾ ਜਿਹੜਾ ਤੁਸੀਂ ਛੜਾ ਰਹੇ ਹੋ, ਇਹਨਾਂ ਦੀ ਫਿਰ ਯੂਟੀਲਾਈਜੇਸ਼ਨ ਕਿਵੇਂ ਕਰੋਗੇ? ਨਹੀਂ, ਯੂਟੀਲਾਈਜ਼ ਕਿਉਂ ਨਹੀਂ? ਅੱਜ ਵਾਲੀ ਜ਼ਮੀਨ ਜਿਹੜੀ ਹੈ ਉਹ ਵੀ ਕੱਲ੍ਹ ਪਰਸੋਂ ਬੋਲੀ ਦੇ ਰਹੇ ਉਹਦੀ, ਜਿਹੜੀ ਉੱਥੇ ਪਿੰਡੀ ਮਲ ਕੇ ਆਏ ਉਹਦੀ ਵੀ ਬੋਲੀ ਕਰਾ ਦੇ, ਜਿਹੜੀ 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 ਖੇਤੀ ਵਾਲੀ ਹੈ ਉਹ 'ਚ ਖੇਤੀ ਕਰਾਵਾਂ, ਜਿਹੜੇ ਕਮਰਸ਼ੀਅਲ ਪਲਾਟ ਨੇ ਸ਼ਹਿਰਾਂ ਦੇ ਵਿੱਚ ਉਹ ਵੇਚ ਕੇ ਸਰਕਾਰ ਦਾ ਖਜ਼ਾਨਾ ਭਰਾਂਗੇ। ਅਸੀਂ ਕੁਛ ਛੱਡਣ ਵਾਲੇ ਥੋੜ੍ਹੇ। ਕਮਰਸ਼ੀਅਲ ਪਲਾਟਾਂ ਦੇ ਵੀ ਕਬਜ਼ੇ ਹੋਏ ਹੋਏ ਨੇ? ਬਿਲਕੁਲ ਜੀ, ਬਹੁਤ ਜ਼ਿਆਦਾ ਕਮਰਸ਼ੀਅਲ ਪਲਾਟਾਂ ਦੇ, ਵਾਤਾਵਰਨ ਨੂੰ ਲੋੜ ਹੈ, ਇਨਵਾਇਰਮੈਂਟ ਨੂੰ ਲੋੜ ਹੈ। ਇਸ ਵੇਲੇ ਜਿਹੜੇ ਦਲਿਤ ਭਾਈਚਾਰੇ ਦਾ ਹਿੱਸਾ ਹੈ ਜ਼ਮੀਨਾਂ ਦੇ ਵਿੱਚ, ਉਹ ਉਹਨਾਂ ਨੂੰ ਮਿਲੇ ਰਾਈਟ, ਉਹਨਾਂ ਨੂੰ ਮਿਲੇ, ਉਹਦੇ ਲਈ ਗਵਰਨਮੈਂਟ ਤੁਹਾਡੀ ਕੀ ਕਰਨ ਜਾ ਰਹੀ ਹੈ? ਮੇਰੀ ਜਾਤੀ ਇਹ ਰਾਏ ਹੈ, ਸਰਕਾਰ ਦੀ ਵੀ ਹੈਗੀ ਹੈ, ਕਿ ਜਿਹੜੇ ਦਲਿਤ ਭਾਈਚਾਰੇ ਦਾ ਤੀਜਾ ਹਿੱਸਾ ਉਹ ਉਹਨਾਂ ਦੇ ਕੰਮਾਂ ਲਈ ਲੱਗਣਾ ਚਾਹੀਦਾ, ਅਤੇ ਮੈਂ ਸਮਝਦਾ ਕਿ ਉਹਨਾਂ ਦਾ ਹੱਕ ਨਹੀਂ ਖੋਇਆ ਜਾਣਾ ਚਾਹੀਦਾ। ਆਪਾਂ ਇੱਦਾਂ ਦਾ ਸਿਸਟਮ ਡਿਵੈਲਪ ਕਰਾਂਗੇ ਕਿ ਪੰਜਾਬ ਦਾ ਕੋਈ ਵੀ ਦਲਿਤ ਭਾਈਚਾਰੇ ਦਾ ਵਿਅਕਤੀ ਇਹ ਨਾ ਕਹੇ ਕਿ ਪੰਚਾਇਤੀ ਰਾਜ ਦੀ ਜ਼ਮੀਨ ਦੀ ਬੋਲੀ ਦੇ ਵਿੱਚ ਸਾਡੇ ਨਾਲ ਕੋਈ ਵਿਤਕਰਾ। ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਉਹਨੂੰ ਬਲਕਿ ਬਹੁਤ ਰੌਲਾ ਹੁੰਦਾ, ਦਲਿਤ ਭਾਈਚਾਰਾ ਬਾਹਰ ਆ, ਹੁਣ ਵੀ ਤੁਹਾਡੇ ਕੋਲ ਕੇਸ ਆਇਆ ਉਹ ਸੀਗਾ, ਇਸੇ ਚੀਜ਼ ਨੂੰ, ਕਿਉਂਕਿ ਉਮੀਦ ਹੈ ਤੁਹਾਤੋਂ ਲੋਕਾਂ ਨੂੰ, ਇਸੇ ਚੀਜ਼ ਨੂੰ ਸਹੀ ਕਰਨ ਦੇ ਲਈ ਕਿ ਇਹ ਜ਼ਮੀਨ ਉਹਨਾਂ ਨੂੰ ਜਾਣੀ ਚਾਹੀਦੀ ਹੈ, ਕੋਈ ਇਹਦੇ ਲਈ ਪੋਲਿਸੀ ਆ ਰਹੀ ਹੈ, ਕੀ ਕਰਨ ਜਾ ਰਹੇ ਹੋ? ਇਹਦਾ ਪ੍ਰੋਗਰਾਮ ਰਹੇ ਬੋਲੀਆਂ ਦਾ, ਉੱਦਾਂ ਹੀ ਸਾਰੇ ਅਫਸਰ ਹਦਾਇਤ ਕਰਦੇ, ਉੱਦਾਂ ਅਸੀਂ ਵੈਸੇ ਉੱਦਾਂ ਹਦਾਇਤ ਕੀਤੀ ਮੀਟਿੰਗ ਦੇ ਵਿੱਚ, ਬਟ ਕੱਲ੍ਹ ਇੱਕ ਰਿਟਨ ਵੀ ਕਰ ਦਿੰਦੇ ਹਾਂ, ਰਿਟਨ ਲੈਟਰ ਜਿਹੜੀ ਡਾਕਟਰ ਸਾਹਿਬ ਵੱਲੋਂ ਕੱਢਦੇ ਨੇ ਵੀ ਕੋਈ ਬੰਦਾ ਇਹਦੀ ਲੰਘਣਾ ਨਾ। ਬਟ ਬਾਅਦ ਦੇ ਵਿੱਚ ਮਾਨ ਸਾਹਿਬ ਨਾਲ ਗੱਲ ਕਰਕੇ ਵੀ ਜਿਹੜੀ ਇਹ ਦਲਿਤ ਭਾਈਚਾਰੇ ਦੇ ਬਾਰੇ 'ਚ ਸਾਡਾ ਇੱਕ ਪੋਲਿਸੀ ਮੈਟਰ ਹੋਣਾ ਚਾਹੀਦਾ ਸਰਕਾਰ ਦਾ, ਅਸੀਂ ਉਹਨਾਂ ਲਈ ਕੀ ਕੀ ਕਰਨਾ।